ਅੱਜ ਬਾਗਾਪੁਰਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਇਤਲਾਹ ਦੇ ਮੁਤਾਬਕ ਬਾਗਾਪੁਰਾਣਾ ਪੁਲਿਸ ਨੇ ਨਿਹਾਲ ਸਿੰਘ ਵਾਲਾ ਰੋਡ ਤੇ ਆ ਰਹੇ ਦੋ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਾਗਾਪੁਰਾਣਾ ਇੰਚਾਰਜ SHO ਜਗਜੀਤ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਚੋਰਾਂ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬਿਨਾਂ ਕਾਗਜ਼ਾਂ ਵਾਲੇ ਮੋਟਰਸਾਈਕਲਾਂ ਤੋਂ ਦੋ ਚੋਰ ਨਿਹਾਲ ਸਿੰਘ ਵਾਲਾ ਤੋਂ ਬਾਗਾਪੁਰਾਣਾ ਆ ਰਹੇ ਸਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਇਹ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕੀ, ਜਿਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਪੁਲਿਸ ਨੇ ਦੋ ਚੋਰਾਂ ਦੇ ਪਾਸੋਂ ਤਿੰਨ ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਕੀਤੀ ਹੈ। ਰੰਧਾਵਾ ਨੇ ਦੱਸਿਆ ਕਿ ਦੋਵੇਂ ਚੋਰਾਂ ਨੂੰ ਪੁਲਿਸ ਨੇ ਰਿਮਾਂਡ ਦੇ ਉੱਪਰ ਲੈ ਲਿਆ ਅਤੇ ਅੱਗੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਅਸੀਂ ਬਰਾਮਦ ਕੀਤੀ ਹੈ ਕਾਲੇ ਕੇ ਪੁਲੀ ਤੋਂ। ਇਹ ਉਧਰੋਂ ਨਿਹਾਲ ਸਿੰਘ ਵਾਲੇ ਤੋਂ ਆਉਂਦੇ ਸੀ, ਅਸੀਂ ਰੋਕ ਕੇ ਜਦੋਂ ਉਹਨਾਂ ਨੂੰ ਸਾਡੇ ਕੋਲ ਮੁਖਬਰੀ 'ਤੇ ਅਸੀਂ ਸੀਗੀ ਵੀ ਇਹਨਾਂ ਕੋਲ ਬੰਦਿਆਂ ਕੋਲ ਚੋਰੀ ਦੇ ਮੋਟਰਸਾਈਕਲ ਵੇਚਣ ਆ ਰਹੇ ਆ, ਅਤੇ ਜਦੋਂ ਉਹਨਾਂ ਦੇ ਅਸੀਂ ਰੋਕ ਕੇ ਕਾਗਜ਼ ਪੱਤਰ ਪੁੱਛੇ, ਇਹਨਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਸੀਗਾ। ਫਿਰ ਲਿਆ ਕੇ ਜਦੋਂ ਵੈਰੀਫਾਈ ਕੀਤਾ ਅਤੇ ਪਤਾ ਲੱਗਿਆ ਵੀ ਇਹ ਮੋਟਰਸਾਈਕਲ ਚੋਰੀ ਦੇ ਆ। ਫਿਰ ਉਸ ਤੋਂ ਬਾਅਦ ਇਹਨਾਂ ਕੋਲ ਦੋ ਹੋਰ ਬਰਾਮਦ ਕਰਾਏ, ਇੱਕ ਸਕੂਟਰੀ ਅਤੇ ਇੱਕ ਮੋਟਰਸਾਈਕਲ ਹੋਰ ਬਰਾਮਦ ਕਰਾਇਆ ਅਤੇ FIR ਨੰਬਰ 223 ਦਰਜ ਕੀਤੀ ਇਹਨਾਂ ਦੇ ਖਿਲਾਫ਼ ਅੰਡਰ ਸੈਕਸ਼ਨ 379 411 IPC PS ਬਾਗਾਪੁਰਾਣਾ। ਸਰ ਇਹ ਜਿਹੜੇ ਮੋਟਰਸਾਈਕਲ ਕਿੰਨਾ ਟਾਈਮ ਪਹਿਲਾਂ ਚੋਰੀ ਹੋਇਆ ਹੋਇਆ ਜੀ? ਇਹ ਕਰੀਬ 6 ਮਹੀਨੇ ਪਹਿਲਾਂ ਚੋਰੀ ਹੋਇਆ ਸੀ। ਇੱਕ ਹੋਇਆ ਸੀਗਾ ਜੀਰੇ ਤੋਂ ਚੋਰੀ ਇਹਨੇ ਕੀਤਾ ਸੀਗਾ, ਦੋ ਬਠਿੰਡੇ ਤੋਂ, ਅਤੇ ਇੱਕ ਅਜੇ ਆਪਾਂ ਵੈਰੀਫਾਈ ਕਰਨ ਵਾਲਾ ਪਿਆ ਬਾਕੀ ਵੀ ਕਿੱਥੋਂ ਕੀਤੀ ਸੀ। ਇਹਦੇ ਚੋਰ ਕਿੱਥੋਂ ਦੇ ਹੈਗੇ ਜੀ? ਇਹ ਚੋਰ ਇੱਥੋਂ ਆਪਣੇ ਲੋਕਲ ਹੀ ਹੈ, ਉੱਥੋਂ ਹੈ ਤਾਂ ਨੇੜੇ ਪਿੰਡ ਹੈ, ਉਹਦੇ ਪਰ ਰਹਿੰਦੇ ਇੱਥੇ ਸੀਗੇ ਬਾਗੇਪੁਰਾਣੇ। ਅਗਲੀ ਕਾਰਵਾਈ ਕੀ? ਇਹਤੋਂ ਅਗਲੀ ਕਾਰਵਾਈ ਇਹਨਾਂ ਨੂੰ ਅਸੀਂ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ, ਬਾਗਾਪੁਰਾਣਾ ਤੋਂ ਬਿਊਰੋ ਰਿਪੋਰਟ, ਜਗਤ ਸੇਵਕ, ਵੈਬ TV।